ਸਸਕਾਲ ਜੀ ਸਰ ਸਟਿਲ ਕਰ ਆ ਸਾਰਾ ਥੈਂਕ ਯੂ ਅਸੀਂ ਬਰਾਬਰ असि एग्जाम देना हो उस एग्जाम नेपरे चढ़ने वास्ते बहुत रुझान बैठे बच्चे ते बच्चियां दे विच पर नेपरे ताई चढ़ेगा दर्शन दे विच आपां देखिया काफी रुझान वधदा जा रहे इस फेडरेशन ने उन्हां खिडारियों नूं संभालिया जिहड़े खिडारी नगर कीर्तन दे विच थां थां दे उत्ते चंद कु पैसों के पिछे दुनिया के होर बहुत सारिया खेडा ने पर एक गतका खेल एक निराली खेल के तौर पर सिंगल प्लेयर रहा है पर गतका गेम सदियों तो काफी समय तो उस सिस्टम को होर वधिया बना के जो गुरु अंगद के पातशाह जी मतलब अखाड़े शुरू कराए सी हो दिती है जो अज पर निहंग सिंह का माणा देख रहे हैं बहुत सारे तुहाडे भी पाउंदे ने ये माणा भी बोले सो निहाल एक बंदे की कोई गलती हो उस परिवार चा साझा कर लिया जाता है कोई कमी हो गए उस साझे सहयोग पूरा कर लिया जाता है ਉਹਦਾ ਸਦਕਾ ਹੈ ਕਿ ਇੱਕ ਦਿਨ ਤੁਹਾਡਾ ਬਹੁਤ ਵੱਡਾ ਜਿਹੜਾ ਹੈ ਉਹ ਸਾਰਾ ਬੁਲੰਦ ਹੋਏਗਾ ਤੁਹਾਡਾ ਜਿਹੜਾ ਹੈ ਉਹ ਬੜਾ ਉੱਜਲ ਹੈ ਇਸੇ ਤਰ੍ਹਾਂ ਜਿਹੜਾ ਹੈ ਜੋ ਮੈਂ ਸਭ ਤੋਂ ਵੱਡੀ ਗੱਲ ਉੱਤੇ ਦੱਸੀ ਜਾ ਰਹੀ ਤਾਂ ਦਾਸ ਸਿੰਘ ਦੱਸੇ ਕਾਕਾ ਜੀ ਉੱਤੇ ਬੋਲ ਕੇ ਗਏ ਨੇ ਉਹ ਦੱਸੇ ਸੀ ਪਤਾ ਕੰਮ ਡਿਸਿਪਲਨ ਦਾ ਹੈ ਜਾਣਦੇ ਰਹਿ ਜਿਹੜੀ ਕੌਮ ਵਿੱਚ ਜਿਹੜੀ ਸੰਸਥਾ ਵਿੱਚ ਜਿਹੜੀ ਸੰਪਰਦਾ ਵਿੱਚ ਜਿੱਥੇ ਜਿਸ ਦੇ ਖੇਡ ਵਿੱਚ ਜਾਣਦਾ ਨਾ ਹੋਏ ਨਿਯਮ ਨਹੀਂ ਪੜ੍ਹਨਾ ਉਹ ਬਹੁਤਾ ਦੇ ਚੱਲ ਨਹੀਂ ਹੁੰਦੇ इंटरनेशनल लेवल बाकी गेम खेलिया जा इंटरनेशनल लैवल ते गतका जिहड़ा खेडिया जाना चाहिदा है इस नूं मान मिलना चाहिदा है श्रोमणी कमेटी वालों भी बड़ा उपराला किया जा रहा है जिहड़े गतके दे विच भाग लैंदे हन बच्चे जिहड़े ओह बच्चियां नूं खालसा कॉलेज दे विच फ्री पढ़ाई कराई जाती है विद्या जिहड़ी है फ्री दित्ती जाती है कोई खर्चा नहीं श्रोमणी कमेटी प्रधान सरदार अवतार सिंह जी मक्कड़ वह विशेष उपराला कर रहे हैं कि उन्होंने बच्चों को जी विद्या मुफ्त दी जाए कोई पढ़ाई का खर्चा ना हो इस करके होर भी संस्थावान जल सहयोग देकर चल रही हैं सो नौजवान पीढ़ी अज जो समा चल रहा नौजवान पीढ़ी पतित होने वाला और नशे के ग्रसती जा रही है साड़ी नौजवानी गलत रस्ते वाल तुर पी है तो साडा सारिया के फर्ज बनता है कि नौजवानी जी है उसकी संभाल करिए उसनों चंगे रस्ते पर तोरीए थोड़े जोड़े साथी हैं उन्होंने भी प्रेरो ताकि वह भी गतके के नाल जुड़न तो नशे तो बचिए नौजवानी की संभाल करिए
ਜਿਹੜੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਚੰਗੀ ਵਿਚਾਰ ਤੇ ਚੰਗੀ ਤਲਵਾਰ ਦੀ ਬਖਸ਼ਿਸ਼ ਕੀਤੀ ਉਹਨੂੰ ਸੰਭਾਲ ਕੇ ਆਪਾਂ ਚੱਲੀਏ ਤੇ ਗੱਤਕੇ ਦੇ ਮੂਲ ਰੂਪ ਨੂੰ ਬਰਕਰਾਰ ਰੱਖੀਏ ਇਸ ਨੂੰ ਕਿਸੇ ਤਰ੍ਹਾਂ ਦੇ ਨਾਲ ਵੀ ਵਿਗਾੜੀਏ ਨਾ ਸਟੰਟਬਾਜ਼ੀ ਤੋਂ ਦੂਰ ਰਹੀਏ ਸੋ ਇਤਨੀਆਂ ਵਿਚਾਰਾਂ ਕਹਿੰਦਾ ਹੋਇਆ ਅਰਦਾਸ ਕਮਾਂ ਦਾ ਜਾਚਕਾ ਹੈ ਬਹੁਤ ਧੰਨਵਾਦੀ ਹਾਂ ਬਹੁਤ ਮਾਨ ਬਖਸ਼ਿਆ ਹੈ ਜਿਹੜਾ ਟੀਚਾ ਸਾਡੇ ਇਹਨਾਂ ਰਹਿਨੁਮਾ ਨੇ ਉਲੀਕਿਆ ਆਪਾਂ ਜ਼ਰੂਰ ਗੁਰੂ ਮਹਾਰਾਜ ਦੀ ਮਿਹਰ ਸਦਕਾ ਉਹਨਾਂ ਨੂੰ ਸਰ ਕਰਾਂਗੇ ਆਪਾਂ ਜ਼ਰੂਰ ਉਸ ਤੱਕ ਪਹੁੰਚਾਂਗੇ ਪਰ ਉਹਦੇ ਵਿੱਚ ਇਕੱਲੀ ਫੈਡਰੇਸ਼ਨ ਨਹੀਂ ਤੁਹਾਡਾ ਸੰਕਲ ਸਹਿਯੋਗ ਚਾਹੀਦਾ ਬੇੜੀ ਪੱਤਣ ਲੱਗਦੀ ਹੈ ਤੌਲਾ ਮਲਾ ਤੇ ਉਹਦੇ ਵਿੱਚ ਸਵਾਦ ਸਾਰੇ ਲੋਕਾਂ ਦੀ ਕਿਸਮਤ ਸਾਫ ਹੁੰਦੀ ਹੈ ਤੇ ਜੇ ਇਕੱਲੇ ਮਲਾ ਦੀ ਕਿਸਮਤ ਹੋਵੇ ਤੇ ਕਿਸੇ ਮੁਸਾਫਰ ਦੀ ਮਾੜੀ ਕਿਸਮਤ ਹੋਵੇ ਤਾਂ ਜ਼ਰੂਰ ਕੋਈ ਹਾਦਸਾ ਵਾਪਰ ਸਕਦਾ ਹੁੰਦਾ ਪਰ ਗੁਰੂ ਮਹਾਰਾਜ ਦੀ ਰਹਿਮਤ ਸਦਕਾ ਜੇ ਸਾਰਿਆਂ ਦੀ ਕਿਸਮਤ ਚੰਗੀ ਹੈ ਤਾਂ ਬੇੜੀ ਜ਼ਰੂਰ ਪਤਾ ਲੱਗਦੀ ਹੈ ਤੇ ਤੁਸੀਂ ਜਿੱਥੇ ਜਿੱਥੇ ਬੈਠੋ ਆਪੋ ਆਪਣੇ ਯੋਗਦਾਨ ਨਾਲ ਇਸ ਫੈਡਰੇਸ਼ਨ ਨੂੰ ਮੁਕੰਮਲ ਸਹਿਯੋਗ ਦੇਵੋ ਮੇਰੇ ਚ ਕੋਈ ਗਲਤੀ ਹੋ ਸਕਦੀ ਹੈ ਫੈਡਰੇਸ਼ਨ ਚ ਗਲਤੀ ਨਹੀਂ ਹੋ ਸਕਦੀ ਮੈਂ ਕੋਈ ਗੁਨਾਹ ਕਰ ਸਕਦਾ ਤੇ ਮੇਰੇ ਗੁਨਾਹ ਬਦਲੇ ਸਮੁੱਚੀ ਫੈਡਰੇਸ਼ਨ ਨੂੰ ਕੋਸਿਆ ਨਹੀਂ ਜਾਣਾ ਚਾਹੀਦਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਇੱਕ ਬੰਦੇ ਦੀ ਕੋਈ ਗਲਤੀ ਹੋਵੇ ਆਪਾਂ ਉਸ ਪਰਿਵਾਰ ਚ ਆ ਉਹਨੂੰ ਸਾਂਝਾ ਕਰ ਲਿਆ ਜਾਂਦਾ ਹੈ ਕੋਈ ਕਮੀ ਹੋਵੇ ਉਸ ਨੂੰ ਸਾਂਝੇ ਸਹਿਯੋਗ ਨਾਲ ਪੂਰਾ ਕਰ ਲਿਆ ਜਾਂਦਾ ਹੈ ਪਰ ਜੇ ਇਹ ਕਹਿਣ ਨੂੰ ਮੇਰੇ ਇਕੱਲੇ ਕਰਕੇ ਫੈਡਰੇਸ਼ਨ ਮਾੜੀ ਹੈ ਉਹ ਨਹੀਂ ਹੁੰਦਾ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਮਾੜਾ ਹੋਵੇ ਸਾਰੀ ਯੂਨੀਵਰਸਿਟੀ ਮਾੜੀ ਨਹੀਂ ਹੁੰਦੀ ਕਿਸੇ ਪਿੰਡ ਦੇ ਇੱਕ ਮੁੰਡੇ ਜਾਂ ਕਿਸੇ ਕੁੜੀ ਨੇ ਗਲਤੀ ਕੀਤੀ ਉਹ ਪਿੰਡ ਮਾੜਾ ਗੱਤਕਾ ਨੈਸ਼ਨਲ ਪੱਧਰ 'ਤੇ ਇੰਟਰਨੈਸ਼ਨਲ ਪੱਧਰ 'ਤੇ ਜਿਹੜਾ ਇਹਦੀਆਂ ਸੰਸਥਾਵਾਂ ਬਣਾਈਆਂ ਗਈਆਂ ਨੇ ਚੱਲਦੇ ਆ ਕੰਪੀਟੀਸ਼ਨ ਹੋ ਰਹੇ ਨੇ ਨੈਸ਼ਨਲ ਪੱਧਰ 'ਤੇ ਹਰੇਕ ਗੇਮ ਨੂੰ ਚਾਹੇ ਕਿਸੇ ਹਰੇਕ ਸਰਵਿਸ ਦੇ ਵਿੱਚ ਰੈਫਰੈਸ਼ਰ ਕੋਰਸ ਕਰਨੇ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੇ ਜਿਹੜੇ ਕੋਚ ਸਾਹਿਬਾਨ ਨੇ ਸਾਡੇ ਰੈਫਰੀ ਸਾਹਿਬਾਨ ਨੇ ਉਹਨਾਂ ਨੂੰ ਟਾਈਮ ਟੂ ਟਾਈਮ ਜਿਹੜੇ ਰੂਲਸ ਬੁੱਕ ਨੇ ਉਹਦੇ ਅਕੋਰਡਿੰਗਲੀ ਦੁਬਾਰਾ ਫਰੈਸ਼ ਹੋ ਜਾਣ ਔਰ ਅੱਗੇ ਖਿਡਾਰੀਆਂ ਨੂੰ ਚੰਗੀ ਟ੍ਰੇਨਿੰਗ ਦੇ ਸਕਣ ਤਾਂ ਕਿ ਰੂਲਸ ਬੁੱਕ ਦੇ ਅਕੋਰਡਿੰਗਲੀ ਜਿਹੜਾ ਅੱਗੇ ਆਪ ਪੜ੍ਹ ਕੇ ਸਿਖਾ ਸਕਣ ਸੋ ਇਹ ਤਿੰਨ ਦਿਨ ਦਾ ਇੱਥੇ ਜਿਹੜਾ ਸੈਮੀਨਾਰ ਕਰਵਾਇਆ ਗਿਆ ਸੀ ਰਿਫਰੈਸ਼ਰ ਕੋਰਸ ਦਾ ਇਹਦੇ 'ਚ ਸਾਡੇ ਗੱਤਕੇ ਦੇ ਮਾਹਰ ਜਿਹੜੇ ਹੈ ਸੀ ਉਹਨਾਂ ਨੂੰ ਬੁਲਾ ਕੇ ਲੈਕਚਰ ਕਰਵਾਇਆ ਗਿਆ ਇਹਦੇ 'ਚ ਤਕਰੀਬ 178 ਪਹਿਲਾਂ 176 ਦੀ ਫਿਗਰ ਸੀ ਉਹਨਾਂ ਦੱਸਿਆ ਕਿ 178 ਜਿਹੜੀਆਂ ਨੇ 6 ਬਾਹਰਲੀਆਂ ਸਟੇਟਾਂ 'ਚ ਵਾਏ ਨੇ ਬਾਹਰਲੀਆਂ ਸਟੇਟਾਂ ਦੇ 23 ਜਵਾਨਾਂ ਨੇ ਜਿਹੜਾ ਇੱਥੇ ਹਿੱਸਾ ਲਿਆ ਬਾਕੀ ਪੰਜਾਬ ਦੇ ਨੇ ਜਿਹੜਾ ਉਹਨਾਂ ਦੇ ਬਾਰੇ ਗੱਤਕੇ ਬਾਰੇ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਪੋਸਟ 'ਚ ਹਿੱਸਾ ਲਿਆ ਸੋ ਇਹ ਮੈਨੂੰ ਉਮੀਦ ਹੈ ਕਿ ਜਾ ਕੇ ਜਿੰਨੇ ਖਿਡਾਰੀ ਨੇ ਜਾਂ ਜਿਨ੍ਹਾਂ ਨੇ ਇੱਥੇ ਟ੍ਰੇਨਿੰਗ ਲਈ ਹੈ ਜਾ ਕੇ ਆਪੋ ਆਪਣੇ ਏਰੀਏ ਦੇ ਵਿੱਚ ਆਪੋ ਆਪਣੇ ਇਲਾਕੇ 'ਚ ਜ਼ਰੂਰ ਗੱਤਕੇ ਨੂੰ ਪ੍ਰਮੋਟ ਕਰਨ ਲਈ ਰੂਲ ਬੁੱਕ ਦੇ ਅਕੋਰਡਿੰਗਲੀ ਅਗਲੇ ਖਿਡਾਰੀਆਂ ਨੂੰ ਜਿਹੜੇ ਜਾਣਕਾਰੀ ਇਹਦੇ ਨਾਲ ਮੈਂ BC ਸਾਹਿਬ ਦਾ ਧੰਨਵਾਦੀ ਹਾਂ SP ਸਿੰਘ ਰਾਏ ਜੀ ਸਾਡੇ ਸਾਰੇ ਇੱਥੋਂ ਦੇ ਪ੍ਰਬੰਧਕ ਜੱਸਰ ਸਿੰਘ ਜੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਸਾਰਿਆਂ ਦੇ ਸਹਿਯੋਗ ਸਤਿਕਾਰ ਜਿਹੜਾ ਹੋਇਆ ਔਰ 16 ਅਤੇ 17 ਤਰੀਕ ਨੂੰ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਸਟੇਟ ਪੱਧਰ ਦਾ ਜਿਹੜਾ ਚੈਂਪੀਅਨਸ਼ਿਪ ਹੈ ਉਹ ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ ਉਹਦੇ 'ਚ ਸਾਰੇ ਖਿਡਾਰੀ ਜਿਹੜੇ ਹਿੱਸਾ ਲੈਣ ਪਿਛਲੇ 3 ਦਿਨਾਂ ਤੋਂ ਜਿਹੜਾ ਇਹ ਟ੍ਰੇਨਿੰਗ ਕੈਂਪ ਚੱਲ ਰਿਹਾ ਸੀ ਜਿਹਦੇ ਵਿੱਚ 15 ਡਿਸਟ੍ਰਿਕਟ 6 ਜਿਹੜੀਆਂ ਸਟੇਟ ਸੀ ਇਹਨਾਂ ਦੇ ਟੋਟਲ 178 ਜਿਹੜੇ ਸੀ ਉਹਨਾਂ ਨੇ ਪਾਰਟੀਸਪੇਟ ਕੀਤਾ ਔਰ ਅੱਜ ਦਾ ਸਮਾਪਤੀ ਸਮਾਰੋਹ ਹੈਗਾ ਜਿਹਦੇ ਵਿੱਚ ਸਰਦਾਰ ਹਰਚੰਦ ਸਿੰਘ ਕੁੰਦਰ ਜਿਹੜੇ ਸਾਡੇ ਇੰਡੀਆ ਦੇ ਪ੍ਰੈਜ਼ੀਡੈਂਟ ਨੇ ਸਰਦਾਰ ਗਰੇਵਾਲ ਸਾਹਿਬ ਅਤੇ ਗੁੰਗਰ ਸਾਹਿਬ ਇਹ ਸਾਰੇ ਆਏ ਅੱਜ ਜਿਹੜਾ ਸਰਟੀਫਿਕੇਟ ਸਾਰੇ ਬੱਚਿਆਂ ਨੂੰ ਦਿੱਤੇ ਗਏ ਨੇ ਉਹ 3 ਦਿਨਾਂ ਜਿਹੜਾ ਟ੍ਰੇਨਿੰਗ ਕੈਂਪ ਦੇ ਵਿੱਚ ਮੈਨੂੰ ਲੱਗਦਾ ਕਿ ਬੱਚਿਆਂ ਨੇ ਕਾਫੀ ਕੁਝ ਸਿੱਖਿਆ ਔਰ ਮੈਂ ਇੱਕ ਵਾਰ ਫਿਰ ਮੈਂ ਸਾਰੇ ਬੱਚਿਆਂ ਦਾ ਜਿਹੜੇ ਕਿ ਸਟੇਟਾਂ ਤੋਂ ਆਏ ਨੇ ਜਿਹੜੇ ਕਿ ਡਿਸਟ੍ਰਿਕਟ ਤੋਂ ਆਏ ਨੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਰ ਗੱਤਕੇ ਦੀ ਜਿਸ ਤਰ੍ਹਾਂ ਪਹਿਲਾਂ ਭੁੱਲਰ ਸਾਹਿਬ ਦੱਸ ਚੁੱਕੇ ਨੇ ਕਿ 5 ਸਾਲ ਪਹਿਲਾਂ ਹੀ ਇਹ ਜਿਹੜੀ ਫੈਡਰੇਸ਼ਨ ਬਣੀ ਸੀ ਉਸ ਗੱਤਕੇ ਨੂੰ ਪਹਿਲਾਂ ਇਹਨੂੰ ਡਿਸਟ੍ਰਿਕਟ ਲੈਵਲ 'ਤੇ ਲਿਆ ਗਿਆ ਫਿਰ ਸਟੇਟ ਲੈਵਲ 'ਤੇ ਲਿਆ ਗਿਆ ਹੁਣ
तकरीबन ऑल इंडिया के सारिया स्टेटा में तकरीबन गत्के जनिया फैडरेशन बन चुकी ने, एसोसीएशन बन चुकिया ने। इस अलावा फिर असं सब तो पहला नेपाल के गत्का फैडरेशन बनाई थी, नेपाल फैडरेशन, गत्का फैडरेशन। यूरोप साडा कवर हो चुका सारा, अमेरिका, कैनेडा भी साड़ियाँ सारिया, टोटल मिला के तकरीबन 30-32 कंट्रीज यह ने जिते कि गत्का फैडरेशन बन चुकिया ने। और हूँ साडा जरा एक साड़ा एरिया रह गया से जरा एशिया का, एशिया जरा असं हूँ तकरीबन अगले महीने या उस तो अगले महीने असं जाके दो महीने एशिया भी सारा कवर कर लेंगे जिस तो तकरीबन कोशिश साड़ी है कि असं साल डेढ़ साल के तकरीब 52-53 जड़िया असं कंट्रीज है, सो उन्होंने असं गत्का फैडरेशन कायम कर देंगे। फिर जो सा टीचा है इस तो पहला इंटरनेशनल कप कराना है गत्के का, उस तो बाद फिर एशिया कप कराना, वो असं फाइनल नहीं कर पाए क्योंकि तो पहला दुबई बारे मैं अनाउंस किया दुबई करावे, लेकिन कुछ प्रॉब्लम्स आ रही दुबई से, इसलिए शायद मलेशिया में करेंगे आप। सो एशिया कप तो बाद फिर असं कोशिश साड़ी यही रहेगी, सा टीचा यही कि असं इस गत्का जी सा गेम है इन असं ओलंपिक।